लोक रंग ऑडियो पेश करते हैं। ਦਾ ਕਵਿਸ਼ਰੀ ਜੱਥਾ ਸੱਜਣਾ ਮਿੱਤਰਾਂ ਦੇ ਹੁਕਮ ਤੇ ਕਵਿਤਾ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ। ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆੜੇ ਨੂੰ ਤੇ ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੀਆਂ ਨੇ ਪੰਜਾਬ ਦੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਭਾਈ ਸਤਨਾਮ ਸਿੰਘ ਜੀ ਸੱਤਾ ਫਰੀਸਰਾਏ, ਜਗਮੀਤ ਸਿੰਘ ਜੀ ਅੰਮ੍ਰਿਤਸਰ ਵਾਲੇ। ਇਹ ਕਵਿਤਾ ਸੁਣ ਤੋਂ ਪਹਿਲਾਂ, ਇਹ ਵਿਚਾਰਾਂ ਸੁਣ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਵਾਰ ਵਾਰ ਸਿੱਧ ਹੁੰਦੀ ਹੈ ਕਿ ਇਸ ਦੇਸ਼ ਦਾ ਸਿਸਟਮ ਹਮੇਸ਼ਾ ਹੀ ਪੀੜਤ ਸਿੱਖਾਂ ਦੇ ਵਿਰੁੱਧ ਵਿੱਚ ਅਤੇ ਸਿੱਖਾਂ ਦੇ ਕਾਤਲਾਂ ਦੇ ਹੱਕ ਵਿੱਚ ਭੁਗਤਦਾ ਹੈ। ਕਾਰਨ ਇਹ ਹੈ ਕਿ ਸਿੱਖਾਂ ਦੇ ਕਾਤਲ ਪਾਲਣ ਅਤੇ ਖੁੱਲੇ ਛੱਡਣ ਦਾ ਕੰਮ ਹੀ ਇਹ ਸਿਸਟਮ ਵੱਲੋਂ ਕੀਤਾ ਜਾਂਦਾ ਹੈ। ਆਪਣੇ ਪਾਲੇ ਬਘਿਆੜਾਂ ਨੂੰ ਮਾਰਨਾ ਤਾਂ ਦੂਰ, ਪਿੰਜਰੇ ਵਿੱਚ ਪਾਉਣ ਲਈ ਵੀ ਇਹ ਸਿਸਟਮ ਛੇਤੀ ਤਿਆਰ ਨਹੀਂ ਹੁੰਦਾ। ਪਹਿਲੋਂ ਅੰਤਰਰਾਸ਼ਟਰੀ ਪੱਧਰ ਤੇ ਹਾਹਾਕਾਰ ਮਚਾ ਦੇਣ ਵਾਲੇ ਸਰਦਾਰ ਜਸਵੰਤ ਸਿੰਘ ਖਾਲਰਾ ਕੇਸ ਵਿੱਚ ਪੂਰੀ ਦੁਨੀਆ ਵੇਖ ਚੁੱਕੀ ਹੈ ਕਿ ਅੰਨ ਸਰਦੇ ਨੂੰ, ਵੱਡੇ ਮਗਰਮੱਛਾਂ ਨੂੰ ਛੱਡ ਕੇ ਜਿਨ੍ਹਾਂ ਹੇਠਲੀ ਪੱਧਰ ਦੇ ਅਫਸਰਾਂ ਨੂੰ ਅਦਾਲਤਾਂ ਵੱਲੋਂ ਸਜ਼ਾ ਸੁਣਾਈਆਂ ਗਈਆਂ, ਉਹ ਵੀ ਅਫਸਰ ਜੇਲ੍ਹਾਂ ਦੇ ਅੰਦਰ ਤੇ ਬਾਹਰ ਪਿਕਨਿਕ ਮਨਾਉਂਦੇ ਕਈ ਵਾਰ ਦੇਖੇ ਗਏ। ਕੈਦੀਆਂ ਦੇ ਜੇਲ੍ਹਾਂ ਤੋਂ ਬਾਹਰ ਘੁੰਮਣ ਦੀ ਇਹ ਮਿਸਾਲ ਦੱਸਦੀ ਹੈ ਕਿ ਕਿਸੇ ਕੇਸ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਜੇਕਰ ਸਜ਼ਾ ਵੀ ਦਿੱਤੀ ਜਾਂਦੀ ਹੈ ਤੇ ਸਿਰਫ ਖਾਨਾ ਪੂਰਤੀ ਲਈ, ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਦਿੱਤੀ ਜਾਂਦੀ ਹੈ। ਦੂਜੇ ਪਾਸੇ ਸਿੱਖ ਨੌਜਵਾਨ ਤਾਂ ਨਗੂਣੇ ਜੇ ਕੇਸ ਵਿੱਚ ਹੀ ਸਾਲਾਂ ਬੱਧੀ ਬਿਨਾਂ ਜ਼ਮਾਨਤ ਜੇਲ੍ਹਾਂ ਵੱਲ ਧੱਕੇ ਜਾਂਦੇ ਨੇ ਅਤੇ ਵੱਡੇ ਕੇਸਾਂ ਵਿੱਚ ਸਜ਼ਾ ਪੂਰੀਆਂ ਹੋਣ ਦੇ ਬਾਅਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ। ਹੁਣ ਸਿੱਖਾਂ ਦੇ ਕਾਤਲ ਵਿੱਚ ਇੱਕ ਜਾਬੜ ਪੁਲਿਸ ਅਫਸਰ ਸਮੇਧ ਸੈਣੀ ਉੱਤੇ ਸਰਦਾਰ ਬਲਵੰਤ ਸਿੰਘ ਮਲਤਾਨੀ ਨੂੰ ਕਤਲ ਕਰਨ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ, ਉਸ ਉੱਪਰ ਅਦਾਲਤ ਵੱਲੋਂ ਕਤਲ ਦੀ ਧਾਰਾ 307 ਅਧੀਨ ਮੁਕੱਦਮਾ ਦਰਜ ਹੋਇਆ ਹੈ। ਕਾਤਲ ਹੋਣ ਤੋਂ 29 ਸਾਲ ਬਾਅਦ ਇਹ ਵੀ ਗੱਲ ਵੇਖੀ ਜਾਣ ਵਾਲੀ ਹੈ ਕਿ ਪੁਲਿਸ ਨੇ ਅਦਾਲਤ ਵੱਲੋਂ ਜ਼ਮਾਨਤ ਰੱਦ ਕੀਤੇ ਜਾਣ ਦੇ ਬਾਵਜੂਦ ਵੀ ਉਸਨੂੰ ਗ੍ਰਿਫਤਾਰ ਹੀ ਨਹੀਂ ਕੀਤਾ। ਆਖੇ ਉਹ ਲੱਭਿਆ ਨਹੀਂ ਜਾੜਿਆ। ਇਹਨਾਂ ਨੂੰ ਪੁੱਛਿਆ ਜਾਣਾ ਬਣਦਾ ਹੈ ਕਿ ਡਾਡੀ ਜੈਡ ਪਲੱਸ ਸਿਕਿਉਰਿਟੀ ਵਿੱਚੋਂ ਵੀ ਉਹ ਕਿਵੇਂ ਨਿਕਲ ਗਿਆ। ਯਾਦ ਰਹੇ ਸਰਦਾਰ ਬਲਵੰਤ ਸਿੰਘ ਮਲਤਾਨੀ ਉਸ ਸਮੇਂ IAS ਅਫਸਰ ਵਜੋਂ ਸੇਵਾਵਾਂ ਨਿਭਾੜੇ ਸਨ। ਦਰਸ਼ਨ ਸਿੰਘ ਮਲਤਾਨੀ ਉਹਨਾਂ ਦਾ ਸਪੁੱਤਰ ਸੀ। ਉਸ ਦੀ ਉਮਰ ਉਸ ਵੇਲੇ 28 ਸਾਲ ਹੈ। ਪੁਲਿਸ ਵੱਲੋਂ ਚੁੱਕ ਕੇ ਉਸ ਦੇ ਉੱਪਰ ਇੰਨਾ ਤਸ਼ੱਦਦ ਕੀਤਾ ਗਿਆ। ਗਵਾਹਾਂ ਦੇ ਦੱਸਣ ਮੁਤਾਬਕ ਪੁਲਿਸ ਦੇ ਹਕੂਮਤ ਸਿਆਸੀ ਸਰਕਾਰੀ ਥਾਪੜੇ ਦੇ ਨਸ਼ੇ ਵਿੱਚ ਅੰਨੇ ਹੋਏ ਪੁਲਸੀਆਂ ਨੇ ਸੈਣੀ ਦੇ ਹੁਕਮ ਤੇ ਉਸ ਦੀ ਗੁੱਦਾਂ ਵਿੱਚ ਡੰਡਾ ਘਸੇੜ ਦਿੱਤਾ ਅਤੇ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਫਸਰ ਸਰਕਾਰੀ ਥਾਪੜੇ ਕਾਰਨ ਇੰਨੇ ਭੂਤਰੇ ਹੋਏ ਸਨ ਕਿ ਇਸੇ ਸੈਣੀ ਨੇ ਆਪਣੇ ਇੱਕ ਕਾਰੋਬਾਰ ਸੰਜੋਗੀ ਮਨੋਦ ਕੁਮਾਰ ਤੇ ਦੋ ਹੋਰ ਬੰਦਿਆਂ ਸਮੇਤ ਚੁੱਕ ਕੇ ਮਾਰ ਖਪਾ ਦਿੱਤਾ। ਮਨੋਦ ਕੁਮਾਰ ਦੀ ਮਾਂ 24 ਸਾਲ ਸੈਣੀ ਨੂੰ ਸਜ਼ਾ ਦਿਵਾਉਣ ਲਈ ਅਦਾਲਤੀ ਲੜਾਈ ਲੜਦੀ ਲੜਦੀ ਨਿਆਂ ਡੀਕਦੀ 100 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਈ, ਪਰ ਭਾਰਤੀ ਨਿਆਂ ਪ੍ਰਣਾਲੀ ਨੇ ਉਸਨੂੰ ਨਿਆਂ ਨਹੀਂ ਦਿੱਤਾ, ਉਸਨੂੰ ਇਨਸਾਫ ਨਹੀਂ ਦਿੱਤਾ। ਜ਼ਹੇ ਇੱਕ ਦੋ ਮਾਮਲੇ ਨਹੀਂ, ਸੈਂਕੜੇ ਹੀ ਕਤਲ ਕੇਸ ਅਤੇ ਲਾਸਾਂ ਖੁਰਦ ਬਖੁਰਦ ਕਰ ਦੇਣ ਦੇ ਦੋਸ਼ੀ ਇਹ ਸਮੇਧ ਸੈਣੀ, ਪਰ ਇਸ ਕੇਸ ਉੱਤੇ ਵੀ ਸਿਰਫ ਇੱਕ ਮਾਮਲਾ ਦਰਜ ਹੋਇਆ, ਉਸ ਉੱਤੇ ਸਿਰਫ ਇੱਕ ਮਾਮਲਾ ਹੀ ਦਰਜ ਹੋਇਆ ਏ। ਉਸ ਵੱਲੋਂ ਕੀਤੇ ਸੈਂਕੜੇ ਹੋਰ ਕਾਤਲਾਂ ਦਾ ਹਿਸਾਬ ਦੇਣਾ ਅਜੇ ਬਾਕੀ ਹੈ। ਜੇ ਕਤਲ ਸਿਰਫ ਇਕੱਲੇ ਸੈਣੀ ਨੇ ਨਹੀਂ ਕੀਤੇ, ਹੋਰ ਵੀ ਬਹੁਤ ਅਫਸਰਾਂ ਨੇ ਕੀਤੇ ਨੇ, ਪਰ ਸਜ਼ਾ ਕਿਸੇ ਨੂੰ ਨਹੀਂ ਹੋਈ। ਸਜ਼ਾ ਤਾਂ ਕੀ ਹੋਣੀ, ਬਹੁਤਿਆਂ ਤੇ ਕੇਸ ਵੀ ਦਰਜ ਨਹੀਂ ਕੀਤੇ ਗਏ। ਜੇਕਰ ਪੀੜਤ ਪਰਿਵਾਰ ਕਿਸੇ ਪੁਲਿਸ ਅਫਸਰ ਤੇ ਕੇਸ ਦਰਜ ਕਰਾ ਵੀ ਦਿੰਦਾ ਹੈ ਤੇ ਸਜ਼ਾ ਉਹਨਾਂ ਅਫਸਰਾਂ ਨੂੰ ਇਸ ਲਈ ਨਹੀਂ ਹੁੰਦੀ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਹੀ ਉਹਨਾਂ ਦੀ ਵਕੀਲ ਬਣ ਕੇ ਅਦਾਲਤ ਵਿੱਚ ਕਹਿ ਦਿੰਦੀ ਹੈ ਕਿ ਇਸ ਅਫਸਰ ਨੇ ਅੱਤਵਾਦ ਖਤਮ ਕਰਨ ਲਈ ਬੜਾ ਕੰਮ ਕੀਤਾ। 2008 ਵਿੱਚ ਬਾਦਲ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਸਮੇਧ ਸੈਣੀ ਉੱਤੇ ਵੀ ਇਸ ਤਰ੍ਹਾਂ ਇੱਕ ਇਮਾਨਦਾਰ ਦੇਸ਼ ਭਗਤ ਕਹਿ ਕੇ ਬਚਾਇਆ ਸੀ। ਹੁਣ ਵੀ ਰਿੱਕਾ ਇਸ ਕਰਕੇ ਬਣ ਗਿਆ ਕਿਉਂਕਿ ਉਸਨੇ ਬਾਦਲ ਸਰਕਾਰ ਸਮੇਂ ਕਪਤਨ ਅਰਵਿੰਦਰ ਸਿੰਘ ਨੂੰ ਸਿਟੀ ਸੈਂਟਰ ਘਟਾਲੇ ਵਿੱਚ ਲਪੇਟਿਆ ਸੀ, ਜਿਸ ਕਾਰਨ ਹੁਣ ਕਪਤਨ ਸਰਕਾਰ ਨੇ ਉਸਨੂੰ ਬਚਾਉਣ ਦਾ ਯਤਨ ਨਹੀਂ ਕੀਤਾ, ਜਿਸ ਕਾਰਨ ਘੱਟੋ ਘੱਟ ਉਹਦੇ ਤੇ ਇੱਕ ਕਤਲ ਦਾ ਕੇਸ ਜ਼ਰੂਰ ਦਰਜ ਹੋਇਆ ਹੈ। ਪਰ ਇਹੋ ਵੀ ਹੁਣ ਤੱਕ ਲੱਗਦੀ ਵਾਹ ਸਾਰਾ ਸਿਸਟਮ ਸੈਣੀ ਨੂੰ ਬਚਾਉਣ ਅਤੇ ਉਹਦੀ ਗ੍ਰਿਫਤਾਰੀ ਤੋਂ ਬਚਾਉਣ ਲਈ ਯਤਨਸ਼ੀਲ ਹੈ, ਪਰ ਅੱਜ ਵੀ ਉਹ ਸੈਣੀ ਮੌਤ ਤੋਂ ਡਰਦਾ ਫਿਰਦਾ ਜਿਵੇਂ ਲੁਕਦਾ ਹੈ ਉਸ ਵੇਲੇ ਦੇ ਨਕਸ਼ੇ ਨੂੰ। ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆੜੇ ਨੂੰ, ਮੇਰੇ ਨਾਲ ਦੇ ਸਾਥੀ ਇਉਂ ਬਿਆਨ ਕਰਦੇ ਨੇ। ਸਦਾ ਨਹੀਂ ਪਰ ਜਾ ਰਹਿੰਦੀ ਇੱਕੋ ਹੀ ਰਾਜੇ ਦੀ, ਸਦਾ ਨਹੀਂ ਹੁਕਮ ਚੱਲਦੇ ਗੱਲ ਸਮੇਤ ਤਾਜੇ ਦੀ, ਭੁੱਲਿਆ ਸੀ ਰੱਬ ਨੂੰ ਬੈਠਾ ਪਾਪ ਕਰ ਭਾਰੇ ਨੂੰ, ਫਿਰਦੀ ਅੱਜ ਮੌਤ ਡਰਾਉਂਦੀ ਸੈ
ਦਾ ਪਤਾਲ ਚ ਲੈਂਦੇ ਹੁੰਦੀ ਦਸਤਾਰ ਜੇ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਲੱਤਾਂ ਤੋਂ ਫੜ ਫੜ ਪਾੜੇ ਮਾਵਾਂ ਦੇ ਪੁੱਤਰ ਕਈ ਲੁਕਨਾ ਤੂੰ ਦੁਸ਼ਟਾ ਲੈਣੇ ਤੈਥੋਂ ਨੇ ਉੱਤਰ ਕਈ ਭੁੱਲ ਜਾ ਹੁਣ ਮਹਿਲ ਮੁਨਾਰੇ ਉੱਚੇ ਚ ਬਾਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੂੰ ਡਰਦਾ ਤੇ ਲੁਕਦਾ ਫਿਰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਜਿੰਨਾ ਕਦੇ ਪੁੱਤ ਮਾਵਾਂ ਦੇ ਲਾਪਤਾ ਕੀਤੇ ਸੀ ਹੋ ਗਏ ਅੱਜ ਖੁਦ ਲਾਪਤਾ ਬਣਦੇ ਜੋ ਚੀਤੇ ਸੀ ਵੇਖ ਲਓ ਭਾਜੜ ਪੈ ਗਈ ਬੁੱਚੜ ਹੰਕਾਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਹੁਣ ਨੂੰ ਤਾਂ ਬੁੱਢੜੇ ਪਿਓ ਦੀ ਦੇਣੀ ਫੜ ਕੇ ਪਾਈ ਤੇ ਭਤੀਜੇ ਲੱਤੋਂ ਦਿਲ ਖੋਲ ਸੀ ਕਹਿ ਕੇ ਅਤਵਾਦੀ ਹੁਣ ਨੂੰ ਦੇਣੇ ਸੀ ਮਾਰ ਜੇ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਬੁੱਲਾਂ ਤੇ ਸਿਕਰੀ ਆ ਗਈ ਕੰਬਣੀ ਆਈ ਮਾਸਾਂ ਚੋਂ ਵਿਰਕਣੇ ਧੂਆਂ ਕੱਢਿਆ ਸੈਣੀ ਦੇ ਨਾਸਾਂ ਚੋਂ ਕੋਡੇ ਜਮਲਾ ਕੇ ਰੱਖਤਾ ਬੁੱਚੜ ਵਿਚਾਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਦੋ ਦੋ ਸਾਲਾਂ ਦੇ ਪੁੱਤ ਤੇ ਹੋਣਾ ਤਸ਼ੱਦਦ ਸੀ ਉਸ ਨੂੰ ਵੀ ਰਗੜ ਦੇਣਾ ਸੀ ਕਰਦਾ ਜੋ ਮਦਦ ਸੀ ਬੁੱਚੜ ਤੋਂ ਫਿਰੇ ਹਕੂਮਤਾਂ ਖਾਂਦੀ ਅੱਜ ਖਾਰ ਜੇ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਸ਼ੈਸੀ ਸਰਕਾਰੀ ਤੈਨੂੰ ਮਾਇਆ ਦੇ ਤੋਤੇ ਦੀ ਹੁਣ ਤਾਂ ਤੂੰ ਜਾਣੇ ਚੱਲਦੀ ਦਾਦੇ ਕਰੇ ਪੋਤੇ ਦੀ ਛਲੜਾ ਵਸ ਪੈ ਕੇ ਕਰਦਾ ਉਲਟੇ ਰਿਆ ਕਾਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਹੁਣ ਨੂੰ ਤਾਂ ਲੱਗ ਜਾਣੇ ਸੀ ਮੋਢੇ ਸਟਾਰ ਬੜੇ ਪੈਦਾ ਵੀ ਹੋ ਜਾਣੇ ਸੀ ਬਿਅੰਤੇ ਦੇ ਯਾਰ ਬੜੇ ਹੁਣ ਨੂੰ ਤਾਂ ਪੈ ਜਾਣੇ ਸੀ ਗਲਾਂ ਵਿੱਚ ਹਾਰ ਜੇ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਅੱਡੀਆਂ ਤੱਕ ਮੁੜਕਾ ਚੋਇਆ ਜਾਣਾ ਸੁਣ ਨਰਕਾਂ ਨੂੰ ਮਿਲਦਾ ਫਲ ਪਾਪ ਪੁੰਨ ਦਾ ਕਰਕੇ ਚੱਕ ਵਰਕਾਂ ਨੂੰ ਪਾਵੇ ਪਿਆ ਹੁਣ ਪਟੀਸ਼ਣ ਛੱਡ ਕੇ ਗਾਬਾਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਮਾਵਾਂ ਤੋਂ ਪੁੱਤ ਸਿੱਖੋਏ ਭੈਣਾਂ ਤੋਂ ਵੀਰੇ ਨੇ ਸਿਰ ਦੇ ਸੁਹਾਗ ਕਈਆਂ ਦੇ ਕੀਤੇ ਸੀ ਲੀਰੇ ਨੇ ਕਿੰਨੇ ਦਿਨ ਹੋ ਗਏ ਲੱਗਦਾ ਹੰਬੀ ਸਰਕਾਰ ਜੇ ਸੈਣੀ ਉਹ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਚੱਕੀ ਉਹਦੀ ਹੌਲੀ ਪੀਸੇ ਪੀਂਦੀ ਬਾਰੀਕ ਬੜੀ ਕਾਫਰ ਦੇ ਕੁਫਰਾਂ ਅੱਗੇ ਹੁੰਦੀ ਨਤ ਮੌਤ ਖੜੀ ਹੋ ਕੇ ਹੋਏ ਜਿਵੇਂ KPS ਦੇ ਔਖੇ ਛਟਕਾਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਜਾਂ ਤਾਂ ਗੱਲ ਮਜ਼ਬਾਂ ਦੀ ਹੈ ਜਾਂ ਤਾਂ ਘੱਟ ਗਿਣਤੀ ਦੀ ਜਾਂ ਤਾਂ ਨੇ ਫੁੱਲ ਸਪੋਟਾਂ ਜਾਂ ਫੋਕੀ ਜਿਹੀ ਮਿਣਤੀ ਦੀ ਜਾਂ ਤਾਂ ਰਾਜੇ ਦਾ ਦਬਕਾ ਜਾਂ ਗਿਰੇ ਕਿਰਦਾਰ ਨੇ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਉਹ ਆਕੜ ਦਾ ਕਿੱਲਾ ਗੱਡਿਆ ਰਹਿ ਗਿਆ ਸੀ ਧੌਣ ਚ ਗਮਾਂ ਦੀ ਬਦਲੀ ਵਰਦੀ ਜਿਵੇਂ ਸੌਣ ਚ ਕੱਢਦਾ ਦਿਨ ਸਹਿਮ ਸਹਿਮ ਕੇ ਛੱਡ ਕੇ ਪਲ ਨਿਆਰੇ ਨੂੰ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਮੁਕਾਬਲੇ
ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਆਓ ਅੱਤ ਦਾ ਅੰਤ ਬੁਰਾ ਹੈ ਸੈਣੀ ਨੂੰ ਭੁੱਲਿਆ ਸੀ ਡੀ ਜੀ ਪੀ ਰੈਂਕ ਦੇ ਉੱਤੇ ਫਿਰਦਾ ਉਹ ਭੁੱਲਿਆ ਸੀ ਯਾਦ ਕਰ ਕਿੰਨੇ ਜ਼ਾਲਮਾਂ ਬਦੋਸ਼ੇ ਸਿੱਖ ਮਾਰੇ ਤੋਂ ਫਿਰਦੀ ਅੱਜ ਮੌਤ ਡਰਾਉਂਦੀ ਸੈਣੀ ਹਥਿਆਰੇ ਨੂੰ ਡਰਦਾ ਤੇ ਲੁਕਦਾ ਫਿਰਦਾ ਜੇ ਸੀ ਕੋਈ ਪ੍ਰਾਂ ਵੀ ਦਿੰਦਾ ਜਾਂਦਾ ਸੀ ਮਾਰਿਆ ਮਿੰਟਾਂ ਵਿੱਚ ਇਹਨਾਂ ਹੱਥੋਂ ਅੱਧ ਜਾਂਦਾ ਸਸਕਾਰਿਆ ਹੁੰਦੇ ਨੇ ਬੁੱਚੜਾਂ ਦੇ ਭਈ ਬੁੱਚੜ ਹੀ ਯਾਰ ਨੇ ਟੱਬਰ ਸੀ ਚੁੱਕ ਲਿਆਉਣਾ ਹੁੰਦਾ ਸਰਦਾਰ ਜੇ ਸੈਣੀ ਕਿਉਂ ਲਾਪਤਾਇਆ ਆ ਕਟਾਰੇ ਵਿੱਚ ਜਦ ਕੋਈ ਤੇਰੀ ਪੈਰ ਫੇਰ ਲੂਗਾ ਖੁੱਲ ਕੇ ਫਰੀਦ ਸਰਾਈਆ ਸੱਤਾ ਫਿਰ ਬੋਲੂਗਾ ਬਹੁਤੀ ਹੁਣ ਦੂਰ ਨਿਕਲ ਲੈ ਨਰਕੀ ਤੇ